ਨਾਲ ਪਾਰਕ ਦੇ ਬਾਹਰ ਜਿਸਲੇ ਤੁਸੀਂ ਨਿਕਲਦੇ ਹੋ ਤਾਂ ਤੁਸੀਂ ਕਿ ਇੱਕ ਅੰਕਲ ਹੋਰ ਨਜ਼ਰ ਆਉਂਦੇ ਜਿਹੜੇ ਰਸਤੇ 'ਚ ਇਹ ਕੁਲਫੀ ਦਾ ਠੇਲਾ ਲਾਈਏ ਇੱਥੇ ਬੈਠਦੇ ਹੁੰਦੇ ਅੱਜ ਮੇਰੀ ਵੀ ਨਜ਼ਰ ਇਹਦੇ ਪਰ ਪਈ ਮੈਂ ਸੋਚਿਆ ਚਲੋ ਇਹਦੇ ਕੰਨੇ ਥੋੜ੍ਹੀ ਗੱਪ ਮਾਰਨੇ ਆ ਅੰਕਲ ਜੀ ਤੁਹਾਡਾ ਨਾਂ ਕੀ ਹੈ ਜਗਦੀਸ਼ ਚੰਦਰੀ ਜਗਦੀਸ਼ ਜੀ ਤੁਸੀਂ ਇਹ ਦੱਸਣਾ ਕਿ ਇਹ ਤੁਸੀਂ ਕੁਲਫੀ ਜਿਹੜੀ ਹੈ ਲਾਉਂਦੇ ਹੋ ਇੱਧਰ ਕਿੰਨਾ ਟਾਈਮ ਹੋ ਗਿਆ ਇੱਥੇ ਲਾਉਂਦੇ ਇੱਥੇ ਲਾਉਂਦੇ ਤਾਂ ਹੋਈ ਹੈ 5 ਸਾਲ ਉਹਦੇ ਕੋਲ ਪਹਿਲੇ ਕੀਆਂ ਲਾਉਂਦੇ ਇਹ ਕੁੱਤੇ ਲਾਉਂਦੇ ਨਹੀਂ ਮਤਲਬ ਮੁੰਡੇ ਚੁੱਕੇ ਫੇਰਦਾ ਹੈ ਹਾਂ ਸਾਰੇ ਚੱਕਰ ਲਾਈਏ ਤੇ ਮੱਲੇ ਮੱਲੇ ਬੇਚਦਾ ਹੈ ਅੱਜ ਕੱਲ ਜੀਆਂ ਕਿ ਇਹੋ ਲਈ ਕੁਲਫੀ ਖਾਣੀ ਕਿ ਨਹੀਂ ਥੋੜੀ ਮੈਕਸਿਮਮ ਲੋਕ ਜਿਹੜੇ ਅੱਜ ਕੱਲ ਕੁੱਤੇ ਜਾਂਦੇ ਪਾਰਲਰਾਂ 'ਚ ਜਾਂਦੇ ਜਿਹੜੇ ਆਈਸਕ੍ਰੀਮ ਪਾਰਲਰ ਹੋਈ ਉੱਥੇ ਜਾਂਦੇ ਤੇ ਤੁਹਾਡੇ ਕੋਲ ਕਿੰਨੇ ਲੋਕ ਆਈ ਜਾਂਦੇ ਦਿਹਾੜੀ ਦੇ ਬਿਲਕੁਲ ਪੁਰਾਣੇ ਲੋਕ ਤਾਂ ਸਾਰੇ ਆਈ ਆ ਕਰਦੇ ਹੁਣ ਪਹਿਲੇ ਨਹੀਂ ਹੁਣ ਆਸਤੇ ਆਸਤੇ ਸਾਰੇ ਆਉਣ ਕਰਦੇ ਮਤਲਬ ਕੁਲਫੀ ਦਾ ਸਵਾਦ ਕੇ ਵੱਖਰਾ ਹੈ ਹੈ ਤਾਂ ਸਵਾਦ ਵੱਖਰਾ ਹੀ ਹੈ ਕਿਉਂਕਿ ਖੋਇਆ ਦੇ ਸਿਰ ਪਿਓਰ ਖੋਇਆ ਹੈ ਪਿਓਰ ਖੋਇਆ ਜੀ 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 ਅੱਛਾ ਤੇ ਮੀ ਦੱਸੋ ਕੀ ਤੁਹਾਡੇ ਘਰ ਕੌਣ ਕੌਣ ਹੈ ਮੈਂ ਮੇਰੀਆਂ ਲੜਕੀਆਂ 3 ਤੇ ਘਰ ਵਾਲੀ ਹੈ ਅੱਛਾ ਤੇ ਕੁੜੀਆਂ ਪੜਾਦੀਆਂ ਕੁੜੀਆਂ ਪੜੀਏ ਦੋ ਦੇ ਕਰੇ ਉਹਦੀ ਸ਼ਾਦੀ ਹੈ ਤੇ ਇੱਕ ਰਹੀ ਹੈ ਹੁਣ ਤੁਸੀਂ ਇੱਥੇ ਇੰਤਜ਼ਾਮ ਪੂਰਾ ਰੱਖੇ ਦਾ ਮੈਂ ਦਿਖਾ ਰਹੀ ਹਾਂ ਮਾਸਕ ਵੀ ਤੁਸੀਂ ਰੱਖੇ ਦੇ ਇੱਥੇ ਤੇ ਸੈਨੀਟਾਈਜ਼ਰ ਵੀ ਰੱਖੇ ਦੇ ਤੁਸੀਂ ਮਤਲਬ ਜਿਹੜੇ ਆਲੇ ਨਗਾਹ ਕੋਣੇ ਕੀ ਦਿੰਦੇ ਹੋ ਲਾਣੇ ਵਾਸਤੇ ਜਾਂ ਵੇਚਣੇ ਵਾਸਤੇ ਨਾ ਇੱਕ ਤੇ ਬੋਤਲ ਰੱਖ ਰਹੀ ਹੈ ਜਿਸੇ ਕੋਲ ਨਹੀਂ ਉਹ ਲਾ ਲੈਂਦਾ ਤੇ ਬਾਕੀ ਵੇਚਣ ਵਾਸਤੇ ਰੱਖਦੇ ਤੇ ਕਿਸੇ ਵੇਲੇ ਕਿਸੇ ਦੀ ਜ਼ਰੂਰਤ ਹੋਵੇ ਤਾਂ ਉਹ ਖਰੀਦੀ ਵੀ ਲੈ ਜਾਂਦਾ ਇਹ ਚਲ ਇਹ ਆਈਡੀਆ ਤੁਸੀਂ ਕਿ ਕਿੱਥੋਂ ਆਏਗੀ ਮਤਲਬ ਲੋਕਡਾਊਨ 'ਚ ਲੋਕ ਜਿਹੜੇ ਨੇ ਕੋਰੋਨਾ ਵਾਇਰਸ ਪੈਦਾ ਉਹਦੀ ਵਜ੍ਹਾ ਕਨੇ ਆਇਆ ਕਿ ਮੈਂ ਚਲੋ ਇਹ ਵੀ ਰਾਈ ਨਾਲ ਥੋੜਾ ਕਮਾਈ ਦਾ ਸੋਰਸ ਵੀ ਹੋਈ ਆ ਨਹੀਂ ਨਹੀਂ ਉਹ ਵੀ 125 ਦਾ ਮਿਲਦਾ ਹੀ ਹੈ ਬਾਜ਼ਾਰੋਂ ਤਾਂ ਮੈਂ ਸਸਤਾ ਮਿਲਣ ਲੱਗਾ ਤਾਂ ਮੈਂ ਲੈ ਲਿਆ ਫਿਰ ਇਹ 90 ਰੁਪਏ ਪੈਂਦਾ ਤੇ ਮੈਂ 100 ਦਾ ਵੇਚੀ ਜਾਂਦਾ ਤੇ ਕਿੰਨੇ 10 ਰੁਪਏ ਲੱਭੀ ਜਾਂਦੇ ਕਿੰਨੇ ਮੇਰਾ ਆਪਣਾ ਵੀ ਕੰਮ ਹੋਈ ਤੁਸੀਂ ਦੇਖੋ ਇਹ ਕਿੰਨੀ ਖਰੀ ਸੋਚ ਆਉਂਦੀ ਕਿ ਬਈ ਇੱਕ ਤਾਂ ਲੋਕਡਾਊਨ ਦੀ ਵਜ੍ਹਾ ਕਨੇ ਇਹਦਾ ਨੁਕਸਾਨ ਵੀ ਇੱਕ ਤਾਂ ਬਥੇਰਾ ਆਇਆ ਕਿਉਂਕਿ ਲੋਕਡਾਊਨ ਦੇ ਟਾਈਮ 'ਚ ਬੰਦ ਕਰੀਏ ਇਹ ਸਾਰਾ ਕੁਛ ਲਾਉਣਾ ਕਮਾਈ ਬਿਲਕੁਲ ਨਹੀਂ ਆਈ ਤੇ ਹੁਣ ਲੋਕ ਦੇਖੋ ਤੁਸੀਂ ਆਏ ਦਿਨ ਹਲੇ ਵੀ ਲੋਕ ਜਿਹੜੇ ਨੇ ਇੱਥੇ ਆਈਏ ਗੱਡੀਆਂ ਲਾਈਏ ਜਿਹੜੇ ਖਰੀਦਾ ਦੇਣ ਕਿਉਂਕਿ ਹੁਣ ਖੋਲ੍ਹ ਵਾਸਤੇ ਇਜਾਜ਼ਤ ਦੇਈ ਉੱਡਦੀ ਹੈ ਤੇ ਤੁਸੀਂ ਦੇਖੋ ਇਹਦੇ ਕੋਲ ਗਾਹਕ ਜਿਹੜੇ ਨੇ ਇਸ ਵਕਤ ਆਏ ਦਿਨ ਮੈਂ ਕੈਮਰੇਮੈਨ ਕਿਹਾ ਕਿ ਪੈਨ ਕਰੀਏ ਦੱਸੋ ਕੀ ਦੇਖੋ ਗਾਹਕ ਕੀ ਆਏ ਦਿਨ ਕਿੰਨੀ ਖੁਸ਼ੀ ਕਰਨੇ ਨਿੱਕੇ ਨਿੱਕੇ ਨਿਆਣੇ ਜਿਹੜੇ ਨੇ ਉਹ ਆਈ ਆਖਦੇ ਨੇ ਕਿ ਬਈ ਅਸੀਂ ਆਈਸਕ੍ਰੀਮ ਖਾਣੀ ਹੈ ਤੇ ਉਹ ਅੰਦਰ ਗੱਡੀ ਦੇ ਵਿੱਚ ਅਸੀਂ ਨਿਆਣੇ ਬੈਠਦੇ ਤੇ ਉਹਦੇ ਮਾਂ ਪਿਓ ਨੇ ਆਖਿਆ ਕਿ ਬਈ ਆਈਸਕ੍ਰੀਮ ਖਾਣੀ ਹੈ ਇਕੜੀ ਕੁਲਫੀ ਜਿਹੜੀ ਆ ਇਹ ਤੁਸੀਂ ਦੇਖੋ ਅੰਕਲ ਔਰ ਕੀ ਆ ਹੁਣ ਕੁਲਫੀ ਜਿਹੜੀ ਆ ਉਹ ਬਣਾਈਏ ਅੰਦਰ ਇਹ ਨੇ ਇੱਕ ਸਾਂਚੇ 'ਚ ਬਣਾਈਏ ਕੁਲਫੀ ਜਿਹੜੀ ਆ ਲਿਆਉਂਦੇ ਨੇ ਸਵੇਰੇ ਸਵੇਰੇ ਤੇ ਆਈਏ ਇਹਦੇ ਠੰਡੀ ਬਿਲਕੁਲ ਕੁਲਫੀ ਨੇ ਬੰਦ ਇਸ ਡੱਬੇ 'ਚ ਕੀਤੀ ਹੁੰਦੀ ਹੈ ਤੇ ਜਿਹੜੇ ਲੋਕ ਆ ਰਹੇ ਹੁੰਦੇ ਨੇ ਉਹਨੇ ਕੀ ਖਾਣੇ ਵਾਸਤੇ ਦਿੰਦੇ ਨੇ ਹੁਣ ਅੰਕਲ ਔਰ ਜਿਹੜੇ ਨੇ ਇੱਥੇ ਸਪੈਸ਼ਲ ਜਿਹੜੀ ਆਪਣੀ ਕੁਲਫੀ ਹੈ ਉਹ ਪੂਰੀ ਤੋਲੀ ਨਾਪੀ ਇਹਨੇ ਦੇਣੀ ਹੈ ਜਿਹੜੇ ਲੋਕ ਆਉਂਦੇ ਨੇ ਉਹ ਖਾ ਦੇਣ ਜਗਦੀਸ਼ ਜੀ ਲੋਕਡਾਊਨ ਦਾ ਕਿੰਨਾ ਨੁਕਸਾਨ ਤੁਸੀਂ ਕੀ ਹੋਇਆ ਦੇਖੋ 400-500 ਰੁਪਏ ਰੋਜ਼ ਮੈਂ ਅੱਗੇ ਲੈਂਦਾ ਸੀ ਤਾਂ ਮੈਂ 3 ਮਹੀਨੇ ਬਿਲਕੁਲ ਹੀ ਭਜੀ ਹੈ ਨਾ ਉਹ 3 ਮਹੀਨੇ ਕੱਢਣਾ ਕਿੰਨੇ ਮੁਸ਼ਕਲ ਹੋਏ ਹੋਣੇ ਜਿਹੜੇ ਮੁਸ਼ਕਲ ਹੋਏ ਕਾਫੀ ਮੁਸ਼ਕਲ ਹੋਏ ਆ ਤਾਂ ਕੀ ਆਖਣਾ ਇਹ ਤੀਸਰਾ ਜਿਹੜੇ ਭੱਜੇ ਟੁੱਟੇ ਪੈਸੇ ਵੀ ਰੱਖਦੇ ਉਹ ਵੀ ਖਰਚੀ ਹੁੰਦੇ ਆ ਤੇ ਬੁੱਗਣੀਆਂ ਬਣਾਈਆਂ ਰੱਖਦੀਆਂ ਸੀ ਉਹ ਵੀ ਤੋੜੀ ਛੱਡੀਆਂ ਤੇ ਤਾਂ ਕਰੀਏ ਗੁਜ਼ਾਰਾ ਕੀਤਾ ਹੈ ਲੋਕਡਾਊਨ ਨੇ ਹਰ ਕਿਸੇ ਦੀ ਕਮਰ ਜਿਹੜੀ ਆ ਤਰੋੜੀ ਰੱਖੀ ਉੜਦੀ ਹੈ ਪਰ ਲੋਕਡਾਊਨ ਦੇ ਬਾਅਦ ਹੁਣ ਉਮੀਦ ਇਹ ਹੈ ਕਿ ਜੀਆਂ ਇਹੋਲੇ ਲੋਕ ਜਿਹੜੇ ਰਸਤੇ 'ਚ ਪਹਿਲੇ ਇਹਨੇ ਆਖਿਆ ਜੀਆਂ ਕਿ ਮੈਂ ਮੁੰਡੇ ਉੱਪਰ ਚੁੱਕੀ ਹੈ ਪਹਿਲੇ ਪੂਰੇ ਜੰਮੂ 'ਚ ਮਤਲਬ ਇਹ ਕੁਲਫੀ ਵੇਚਦਾ ਹੁੰਦਾ ਹਾਂ ਜਿਹੜੇ ਏਰੀਆ ਹੁੰਦੇ ਵੱਖਰੇ ਵੱਖਰੇ ਹੁਣ ਇਹਨੇ ਬੈਠੀ ਹੈ ਕਿਉਂਕਿ ਹੁਣ ਬਜ਼ੁਰਗ ਵੀ ਹੋਈ ਗਏ ਤੇ ਹੁਣ ਚੁੱਕੀ ਹੈ ਮੁੰਡੇ ਪਰ ਭਾਰ ਨਹੀਂ ਚੱਲੀ ਸਕਦਾ ਕੋਈ ਵੀ ਬਜ਼ੁਰਗ ਲੇਕਿਨ ਹਲੇ ਵੀ ਇਹਨੇ ਇਹ ਕੰਮ ਜਿਹੜਾ ਜਾਰੀ ਰੱਖੇਗਾ ਕਿਉਂਕਿ ਸਵਾਦ ਐਸਾ ਹੈ ਕਿ ਹਰ ਕਿਸੇ ਕੀ ਚਸਕਾ ਪੈਦਾ ਹੈ ਕੁਲਫੀ ਖਾਣ ਦਾ ਤੇ ਉਮੀਦ ਇਹ ਕਰਨੀ ਹੈ ਕਿ ਤੁਸੀਂ ਲੋਕੀ ਵੀ ਹਲੇ ਵੀ ਉਹ ਪਾਰਲਰ ਵਾਲੀ ਕੁਲਫੀਆਂ ਜਿਹੜੀਆਂ ਉਹ ਤੇ ਖਾਣ ਦਾ ਮਜ਼ਾ ਆਉਂਦਾ ਗਿਆ ਲੇਕਿਨ ਇਸ ਕੁਲਫੀ 'ਚ ਜਿਹੜਾ ਸਵਾਦ ਹੈ ਜਿਹੜਾ ਆਪਣਾਪਨ ਹੈ ਉਹ ਕੁਦੇ ਨਹੀਂ ਥੋਈ ਸਕਦਾ ਹੈ ਤੇ ਇੱਧਰ ਅੰਕਲ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਹਨੇ ਸੈਨੀਟਾਈਜ਼ਰ ਵੀ ਰੱਖੇ ਦਾ ਮਾਸਕ ਵੀ ਰੱਖੇ ਦਾ ਪੂਰੇ ਜਿਹੜੀ ਗਾਈਡਲਾਈਨਸ ਉਹ ਵੀ ਫੋਲੋ ਕਰਾ ਦੇ ਕੰਨੇ ਇੱਕ ਹੋਰ ਬੜੀ ਸ਼ਹਿਰ ਜਿਹੜੀ ਪੜ੍ਹੇ ਲਿਖੇ ਬੰਦੇ ਵੀ ਅੱਜ ਕੱਲ੍ਹ ਜਿਹੜੇ ਨਹੀਂ ਕਰਦੇ ਆ ਇਹਨੇ ਰੱਖੇ ਦਾ ਉੱਥੇ ਇੱਕ ਨਿੱਕਾ ਜਿਹਾ ਝੋਲਾ ਉਹਦੇ 'ਚ ਜਿਹੜਾ ਵੀ ਗੰਦ ਹੁੰਦਾ ਉਹ ਪਾਈ ਉੱਡਦੇ ਤਾਂ ਕਿ ਇਹ ਜਿਹੜੀ ਸਿਰਕ ਐਸਿਡ ਇਹ ਸਾਫ਼ ਰਹੇ ਸਵੱਛ ਰਹੇ ਆਸ ਪਾਸ ਜਿਹੜਾ ਗੰਦ ਖਲਾਰ ਨਹੀਂ ਪਵੇ ਆ ਤੇ ਬੜਾ ਸ਼ੈਲ ਲੱਗਿਆ ਇਹਦੇ ਕਨੇ ਗੱਲਬਾਤ ਕਰੀਏ ਤੇ ਤੁਸੀਂ ਵੀ ਸ਼ੈਲ ਲੱਗੀ ਹੋਈ ਵੀਡੀਓ ਤੇ ਜ਼ਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਦੇਖਦੇ ਰਹੋ ਬਕਲੋਲ ਟੀਵੀ।